ਚੈਪਟਰ 13 ਦਾ ਆਪਣਾ ਆਪਾਂ ਦੋ ਚੀਜ਼ਾਂ ਪੜ੍ਹ ਚੁੱਕੀਆਂ, ਕਿਹੜੀ ਕਿਹੜੀ ਆਪਾਂ ਡਿਸਕਸ ਕਰ ਲਈ ਹੈ? ਇੱਕ ਕਹਾਣੀ ਡਿਸਕਸ ਕਰ ਲਿਆ ਆਪਾਂ, ਦੂਸਰਾ ਤਣਾਅ, ਦੈਨ ਆਪਣੇ ਕੋਲ ਜਿਹੜੀ ਥਰਡ ਆਉਂਦਾ ਆਪਣੇ ਕੋਲ ਆਉਂਦਾ ਹੈ ਸਿਲੰਡਰ, ਜਿਹਨੂੰ ਆਪਾਂ ਕਹਿੰਦੇ ਹਾਂ ਮਿਰਰ। ਕੋਈ ਵੀ ਗੋਲਾਕਾਰ ਚੀਜ਼ ਇਹਦੀਆਂ, ਅਗਰ ਆਪਾਂ ਐਗਜ਼ਾਮਪਲ ਲਿਖ ਲਈਏ, ਬੋਟਲ, ਪਾਈਪ, ਡਰਮ, ਲਾਈਕ ਦਿਸ ਐਸ ਸ਼ੇਪ ਦਾ, ਠੀਕ ਹੈ, ਇੱਦਾਂ ਹੀ ਸ਼ੇਪ ਦਾ ਡਰਮ ਹੋਵੇ ਉਹਨੂੰ ਪਕਾਵਾਂਗੇ, ਠੀਕ ਆ। ਇਹ ਸਾਰੇ ਆਪਣੇ ਕੋਲ ਕਿਹੜੀਆਂ ਫੋਰਮਸ ਹੁੰਦੀਆਂ ਨੇ? ਸਿਲੰਡਰ ਦੀਆਂ ਫੋਰਮਸ ਹੁੰਦੀਆਂ ਨੇ। ਹੁਣ ਸਿਲੰਡਰ ਦੇ ਵੀ ਤਿੰਨ ਹੀ ਫਾਰਮੂਲੇ ਹੁੰਦੇ ਨੇ, ਵੋਲੀਅਮ ਆਪਣੇ ਕੋਲ, ਆਈਟਨ ਜਾਂ ਸੀ ਐਸ ਏ ਜਾਂ ਫਿਰ ਟੀ ਐਸ ਏ, ਤਿੰਨ ਚੀਜ਼ਾਂ ਨੇ ਆਪਣੇ ਕੋਲ, ਤਿੰਨੇ ਡਿਸਕਸ ਕਰੀਏ। ਵੋਲੀਅਮ ਕੀ ਆ ਗਈ ਜੀ, ਕਪੈਸਿਟੀ ਕਿੰਨੀ ਆ ਸਿਲੰਡਰ ਦੀ, ਉਹ ਆਪਣੇ ਕੋਲ ਵੋਲੀਅਮ ਹੁੰਦਾ ਹੈ। ਵੋਲੀਅਮ ਦਾ ਫਾਰਮੂਲਾ ਆ ਜਿਹੜਾ ਕੀ ਆ, ਪਾਈ ਆਰ ਸਕੇਅਰ ਐਚ, ਵੋਲੀਅਮ ਹੁੰਦਾ ਇਹਦਾ ਪਾਈ ਆਰ ਸਕੇਅਰ ਐਚ। ਵੋਲੀਅਮ ਦੇ ਵਿੱਚ ਕੀ ਆ ਕਿ ਇਹਦੇ ਵਿੱਚ ਕਿੰਨੀ ਚੀਜ਼ ਆਉਂਦੀ ਆ, ਸਿਲੰਡਰ ਦੇ ਕਿੰਨੇ ਭਾਗ ਆਪਣੇ ਕੋਲ ਦੇਖ ਰਹੇ, ਦੇਖੋ ਉੱਪਰ ਕੀ ਆ ਸਿਲੰਡਰ ਦੇ, ਆਹ ਵਾਲਾ ਭਾਗ ਕਿੰਨਾ ਹੋਇਆ, ਗੋਲਾ ਕਰਨਾ ਮਤਲਬ ਕਿ ਚੱਕਰ ਬਣਿਆ ਹੋਇਆ, ਨੀਚੇ ਵੀ ਕੀ ਆ ਚੱਕਰ ਬਣਿਆ ਹੋਇਆ ਆ ਆਪਣੇ ਕੋਲ। ਆਹ ਫਸਟ ਭਾਗ ਹੈ ਇਹਦਾ, ਆਹ ਦੂਸਰਾ ਭਾਗ ਲਗਾ ਲਾਉਂਦੇ ਆਪਾਂ, ਆਹ ਜਿਹੜਾ ਭਾਗ ਆ ਥਰਡ ਭਾਗ, ਆਹ ਚੱਕਰ ਇਹਨੂੰ ਆਪਾਂ ਥੋੜਾ ਅਲੱਗ ਬਣਾ ਲਈਏ ਆਪਾਂ, ਮਤਲਬ ਕਿ ਆਹ ਚੱਕਰ ਬਣ ਗਿਆ ਇਸ ਤਰ੍ਹਾਂ, ਆਹ ਚੱਕਰ ਬਣ ਗਿਆ। ਹੁਣ ਚੱਕਰ ਦਾ ਆਹ ਜਿਹੜਾ ਭਾਗ ਹੁੰਦਾ ਆਪਣੇ ਕੋਲ ਰੇਡੀਅਸ, ਅਰਧ ਵਿਆਸ ਜਿਹਨੂੰ ਆਪਾਂ ਬੋਲਦੇ ਹਾਂ, ਤੇ ਆਪਣੇ ਕੋਲ ਚੱਕਰ ਕਿੰਨੇ ਆ? ਦੋ। ਧਿਆਨ ਨਾਲ ਸਮਝਣਾ ਤੁਸੀਂ, ਪੇਜ ਦਿਓ। ਇਹਦੇ ਚ ਕੀ ਆ, ਦੋ ਚੱਕਰ ਹੁੰਦੇ ਆਪਣੇ ਕੋਲ, ਇੱਕ ਉੱਪਰਲੇ ਭਾਗ ਚ, ਇੱਕ ਦੂਸਰੇ ਭਾਗ ਚ, ਤੀਸਰਾ ਭਾਗ ਅਲੱਗ ਭਾਗ ਰੱਖਿਆ। ਜਿਹੜਾ ਚੱਕਰ ਹੁੰਦਾ ਇਹਦੇ ਦੋ ਚੀਜ਼ਾਂ ਹੁੰਦੀਆਂ ਆਪਣੇ ਕੋਲ, ਇੱਕ ਏਰੀਆ ਖੇਤਰਫਲ ਜਿਹਨੂੰ ਆਪਾਂ ਬੋਲਦੇ ਹਾਂ, ਉਹ ਹੁੰਦਾ ਪਾਈ ਆਰ ਸਕੇਅਰ, ਚੱਕਰ ਦਾ ਖੇਤਰਫਲ ਕਿੰਨਾ ਹੁੰਦਾ ਪਾਈ ਆਰ ਸਕੇਅਰ। ਦੂਸਰੇ ਨੰਬਰ ਤੇ ਹੁੰਦਾ ਇਹਦਾ ਆਪਣੇ ਕੋਲ ਪਰਿਮਾਪ, ਜਿਹਨੂੰ ਆਪਾਂ ਪਰਿਮਾਪ ਜਾਂ ਘੇਰਾ ਬੋਲਦੇ ਹਾਂ, ਘੇਰਾ ਸਰਕਮਫਰੈਂਸ ਹੀ ਬੋਲਦੇ ਹਾਂ ਇੰਗਲਿਸ਼ ਚ, ਸਰਕਮਫਰੈਂਸ। ਸਰਕਮ ਵਰਡ ਤੁਸੀਂ ਆਪਣੇ ਡੇਲੀ ਵਰਡ ਦੇ ਵਿੱਚ ਕੀਤਾ ਹੀ, ਸਰਕਮ, ਅਕ੍ਰੋਸ, ਅਰਾਊਂਡ, ਵਰਡ ਕੀਤੇ ਨਾ ਸਰਕਮਫਰੈਂਸ, ਚੱਕਰ ਦੇ ਆਲੇ ਦੁਆਲੇ ਦਾ ਜਿਹੜਾ ਮਾਪ ਉਹ ਕਿੰਨਾ ਹੈਗਾ ਆ ਸਰਕਮ, ਉਹਨੂੰ ਮਾਪਣਾ ਫਰੈਂਸ, ਉਹ ਹੁੰਦਾ ਆਪਣੇ ਕੋਲ ਦੋ ਪਾਈ ਆਰ। ਹੁਣ ਇਹ ਚੱਕਰ ਆ, ਜੇ ਮੈਂ ਇਸ ਚੱਕਰ ਨੂੰ ਦੇਖੋ, ਜਿਸ ਮੈਂ ਚੱਕਰ ਨੂੰ ਇੱਥੋਂ ਤੋੜਦਾ, ਤੋੜ ਦਿੱਤਾ ਗਿਆ ਚੱਕਰ, ਚੱਕਰ ਨੂੰ ਤੋੜਨ ਦਾ ਮਤਲਬ ਕੀ ਹੈ ਕਿ ਮੈਂ ਇੱਥੋਂ ਚੱਕਰ ਨੂੰ ਕੱਟਿਆ, ਕੱਟ ਕੇ ਜਿਹੜੀ ਆਹ ਵਾਲੀ ਵਾਇਰ, ਆਹ ਜਿਹੜੀ ਚੀਜ਼ ਲੱਗੀ ਹੋਈ ਜਿਹੜੇ ਚੱਕਰ ਬਣਾਇਆ ਹੋਇਆ ਆ, ਇਸ ਚੱਕਰ ਨੂੰ ਆਪਾਂ ਖੋਲ ਦਿੱਤਾ, ਜਦੋਂ ਚੱਕਰ ਨੂੰ ਖੋਲਤਾ ਆਪਣੇ ਕੋਲ ਕਿਹੜੀ ਸ਼ੇਪ 'ਚ ਆ ਗਿਆ, ਇਹ ਆ ਗਿਆ ਆਪਣੇ ਕੋਲ। ਮੰਨ ਲਓ ਆਪਣੇ ਕੋਲ ਥਰੈਡ ਸੀ, ਥਰੈਡ ਦਾ ਆਪਾਂ ਚੱਕਰ ਬਣਾਇਆ, ਥਰੈਡ ਨੂੰ ਖੋਲਿਆ, ਆਪਣੇ ਕੋਲ ਲਾਈਨ ਆ ਗਈ। ਹੁਣ ਇਹ ਜਿਹੜੀ ਲਾਈਨ ਆ ਗਈ, ਇਹ ਕੀ ਆ, ਚੱਕਰ ਦਾ ਘੇਰਾ, ਚੱਕਰ ਦਾ ਘੇਰਾ ਬਰਾਬਰ ਕਿਹਦੇ ਹੁੰਦਾ, ਦੋ ਪਾਈ ਆਰ, ਮਤਲਬ ਕਿ ਇਹ ਜਿਹੜੀ ਲਾਈਨ ਆ ਇਹ ਕਿਹਦੇ ਬਰਾਬਰ ਆ ਗਈ, ਦੋ ਪਾਈ ਆਰ ਦੇ ਬਰਾਬਰ ਆ ਗਈ ਆਪਣੇ ਕੋਲ। ਇਸ ਤਰ੍ਹਾਂ ਹੀ ਆ ਆਪਣੇ ਕੋਲ, ਜਿਸ ਤਰ੍ਹਾਂ ਆਹ ਪੇਜ ਆ ਸਾਡੇ ਕੋਲ, ਠੀਕ ਆ, ਪੇਜ ਦੇਖ ਲਓ ਕਿਹੜੇ ਸ਼ੇਪ ਦਾ, ਇਹ ਵਰਗ ਕੇ ਆਏ ਤੇ ਆ ਆਇਟਾਕਾਰ ਆ, ਇਹਨੂੰ ਆਪਾਂ ਇਸ ਤਰ੍ਹਾਂ ਕਰਦੇ ਹਾਂ, ਇਹਦਾ ਆਪਾਂ ਬਣਾ ਲਿਆ ਇੱਕ, ਫੋਲਡ ਕੀਤਾ ਆਪਾਂ ਇਹਨੂੰ, ਤਾਂ ਆਪਣੇ ਕੋਲ ਆਹ ਕਿਹੜੀ ਫੋਰਮ ਬਣ ਗਈ, ਹੁਣ ਸਿਲੰਡਰ ਬਣ ਗਿਆ। ਮਤਲਬ ਕਿ ਜਿਹੜਾ ਆਇਟ ਹੁੰਦਾ, ਆਇਟ ਵਾਲੀ ਸ਼ੀਟ ਨੂੰ ਜੇਕਰ ਆਪਾਂ ਇਸ ਤਰ੍ਹਾਂ ਦੋਨੇ ਉਹਦੇ ਸਿਰੇ ਜੋੜ ਦਿੱਤੇ ਜਾਣ, ਤਾਂ ਉਹ ਕੀ ਆ ਜਾਂਦਾ ਆਪਣੇ ਕੋਲ, ਸਿਲੰਡਰ ਬਣ ਜਾਂਦਾ। ਜੇ ਸਿਲੰਡਰ ਬਣ ਜਾਂਦਾ ਤਾਂ ਆਹ ਵਾਲਾ ਸਿਰਾ ਦੇਖਿਆ ਜਾਂਦਾ, ਆਹ ਕੀ ਬਣ ਗਿਆ, ਇੱਧਰ ਹੀ ਸਿਰ ਦੇ ਬਣ ਗਿਆ ਨਾ, ਇੱਕ ਚੱਕਰ ਬਣ ਗਿਆ ਨਾ ਸਰਕਲ, ਇਸ ਤਰ੍ਹਾਂ ਇੱਧਰ ਹੀ ਸਾਈਡ ਦੇ ਸਰਕਲ ਬਣ ਗਿਆ, ਦੋਵਾਂ ਪਾਸੇ ਕੀ ਬਣ ਜਾਂਦਾ ਆਪਣੇ ਕੋਲ, ਦੋ ਸਰਕਲ ਬਣ ਗਏ ਆਪਣੇ ਕੋਲ। ਤੇ ਜਿਹੜਾ ਵਿੱਚ ਵਾਲਾ ਭਾਗ ਆ, ਤੀਜਾ ਭਾਗ, ਇਹਨੂੰ ਖੋਲਦੇ ਆ ਤਾਂ ਉਹ ਤੀਜਾ ਭਾਗ ਕਿਹੜੀ ਆਕਾਰ ਦਾ ਆਉਂਦਾ, ਆਇਟ ਆਕਾਰ ਦਾ। ਇਹਦਾ ਮਤਲਬ ਕਿ ਆਹ ਦੋਵੇਂ ਚੱਕਰ ਹੋਣਗੇ ਤੇ ਇਹ ਕੀ ਹੋਊਗਾ ਆਪਣੇ ਕੋਲ, ਆਇਟ ਹੋਊਗਾ। ਹੁਣ ਰਹਿ ਗਿਆ ਆਪਣੇ ਕੋਲ ਆਹ ਜਿਹੜਾ ਆਇਟ ਆ, ਇਹਦੇ ਦੋ ਸਿਰੇ ਜੋੜਦੇ ਆ ਆਪਣੇ ਕੋਲ, ਚੱਕਰ ਬਣਦਾ ਆਹ ਵਾਲਾ, ਬਣਦਾ ਨਾ ਚੱਕਰ। ਹੁਣ ਆਪਾਂ ਜਦੋਂ ਚੱਕਰ ਬਣਾਇਆ ਸੀ, ਚੱਕਰ ਨੂੰ ਖੋਲਿਆ ਤਾਂ ਉਹਦੀ ਜਿਹੜੀ ਲਾਈਨ ਉਹ ਕਿਹਦੇ ਬਰਾਬਰ ਆਈ ਆ, ਦੋ ਪਾਈ ਆਰ ਦੇ। ਜਦੋਂ ਮੈਂ ਹੁਣ ਇਹਨੂੰ ਆਹ ਖੋਲਦਾ, ਆਹ ਸਿਰੇ ਚੱਕਰ ਬਣਿਆ ਹੋਇਆ, ਜਦੋਂ ਮੈਂ ਇਹਨੂੰ ਖੋਲਿਆ ਆਹ ਪੇਜ ਖੁੱਲ ਗਿਆ, ਆਹ ਵਾਲੀ ਲਾਈਨ ਬਣ ਗਈ, ਇਹ ਜਿਹੜਾ ਆਈ ਆ ਆਪਣੇ ਕੋਲ ਲੈਂਥ, ਜਿਹੜੀ ਆ ਸੈਗਮੈਂਟ ਆਇਆ ਕਿ ਕੀ ਹੋਊਗਾ, ਇਹ ਦੋ ਪਾਈ ਆਰ, ਦੋ ਪਾਈ ਆਰ ਹੋਊਗਾ ਨਾ ਆਪਣੇ ਕੋਲ, ਇਹੀ ਆਪਾਂ ਡਿਸਕਸ ਕਰ ਲਵਾਂ। ਹੁਣ ਇਹ ਕੀ ਆਪਣੇ ਕੋਲ ਆਹ ਵਾਲਾ ਭਾਗ ਕੀ ਹੋ ਗਿਆ, ਆਇਤ ਹੋ ਗਿਆ। ਹੁਣ ਜਦੋਂ ਆਪਾਂ ਵੋਲੀਅਮ ਕੱਢਦੇ, ਵੋਲੀਅਮ ਦਾ ਫਾਰਮੂਲਾ ਹੁੰਦਾ ਪਾਈ ਆਰ ਸਕੇਅਰ ਐਚ। ਵੋਲੀਅਮ ਦੇ ਵਿੱਚ ਕੀ ਹੈ, ਇੱਕ ਤਾਂ ਚੱਕਰ ਦਾ ਖੇਤਰਫਲ ਹੈ, ਵੋਲੀਅਮ ਮਤਲਬ ਸਿਲੰਡਰ ਦੀ ਕਪੈਸਿਟੀ, ਕਿਸੇ ਵੀ ਸਿਲੰਡਰ 'ਚ ਕੋਈ ਚੀਜ਼ ਪਾਉਂਦੇ ਹਾਂ ਆਪਾਂ, ਇੱਕ ਤਾਂ ਉਹ ਥੱਲੇ ਵਾਲੀ ਚੀਜ਼ ਕਵਰ ਕਰੂਗਾ, ਉਹਦੇ ਉਹ ਚੀਜ਼ ਪਾਵਾਂਗੇ ਨਾ, ਸਿਲੰਡਰ ਨੀਚੋਂ ਵੀ ਭੇਜ ਭੇਜ ਜੂਗਾ, ਅਤੇ ਉਹਦੀਆਂ ਸਾਰੀਆਂ ਸਾਈਡਾਂ ਵੀ, ਠੀਕ ਹੈ।
ਆ ਸਿਲੰਡਰ ਆ ਜਦੋਂ ਇਹ ਭਿੱਜਿਆ ਆਪਣੇ ਕੋਲ ਨੀਚੇ ਇੱਕ ਚੱਕਰ ਦਾ ਖੇਤਰਫਲ ਆ ਗਿਆ ਮਤਲਬ ਕੀ ਹੁੰਦਾ ਆ ਚੱਕਰ ਦਾ ਖੇਤਰਫਲ ਗੁਣਾ ਸਿਲੰਡਰ ਦੀ ਉਚਾਈ ਸਿਲੰਡਰ ਦੀ ਉਚਾਈ ਜਿਹਨੂੰ ਆਪਾਂ ਲਿਖਦੇ ਹਾਂ ਐਚ ਆ ਬਣੀ ਕੀ ਆ ਸਿਲੰਡਰ ਦੀ ਉਚਾਈ ਹੈਗੀ ਸਿਲੰਡਰ ਦੀ ਠੀਕ ਆ ਜਿਹਦੇ ਵਿੱਚ ਧਿਆਨ ਆਈ ਸੀ ਆਪਾਂ ਇਹਨੂੰ ਫੋਲਡ ਕੀਤਾ ਸੀਗਾ ਆ ਸਿਲੰਡਰ ਦੀ ਉਚਾਈ ਆਈ ਆਪਣੇ ਕੋਲ ਠੀਕ ਆ ਆ ਸੀਗਾ ਆਇਤ ਆ ਆਇਤ ਦੀ ਕੀ ਹੁੰਦੀ ਆ ਲੰਬਾਈ ਆ ਕੀ ਹੁੰਦੀ ਆ ਇਸ ਦੀ ਜਿਹੜੀ ਆਇਤ ਦੀ ਚੌੜਾਈ ਆ ਉਹ ਸਿਲੰਡਰ ਦੀ ਕੀ ਆ ਉਚਾਈ ਆ ਠੀਕ ਆ ਜਾਂ ਇਸੇ ਵਿੱਚ ਲਿਖਿਆ ਜਾਂ ਫਿਰ ਆਪਾਂ ਲਿਖ ਸਕਦੇ ਆਇਤ ਦੀ ਚੌੜਾਈ ਠੀਕ ਆ ਆਇਤ ਦੀ ਚੌੜਾਈ ਨੂੰ ਬਸ ਆਪਾਂ ਕਹਿੰਦੇ ਕਿ ਐਚ ਇੱਕੋ ਚੀਜ਼ ਲਿਖ ਲਈ ਠੀਕ ਆ ਇਸ ਲਈ ਇਹ ਕਿੰਨਾ ਆ ਜਾਂਦਾ ਆਪਣੇ ਕੋਲ ਪਾਈ ਆਰ ਸਕੁਅਰ ਇਹ ਕਿੰਨਾ ਆ ਜਾਂਦਾ ਐਚ ਦੋਵਾਂ ਨੂੰ ਗੁਣਾ ਕੀਤਾ ਆਪਣੇ ਨੂੰ ਕੀ ਆ ਜਾਂਦਾ ਪਾਈ ਆਰ ਸਕੁਅਰ ਐਚ ਸਿਲੰਡਰ ਦਾ ਆਇਤਨ ਹੋ ਗਿਆ 13 ਦਾ ਆਪਣੇ ਕੋਲ ਸੀਐਸਏ ਵਕਰਤਾ ਦਾ ਖੇਤਰਫਲ ਲੇਟਰ ਸਰਫਸ ਏਰੀਆ ਕਰਵ ਸਰਫਸ ਏਰੀਆ ਜਾਂ ਫਿਰ ਪਾਸਵੀਂ ਸਤਾ ਦਾ ਖੇਤਰਫਲ ਇਹ ਆਪਣੇ ਕੋਲ ਹੁੰਦਾ 2 ਪਾਈ ਆਰ ਐਚ ਹੁਣ ਆਪਾਂ ਘਣ ਤੇ ਘਣਾਵ ਦੇ ਵਿੱਚ ਇਹ ਚੀਜ਼ ਪੜ੍ਹ ਲਈ ਆ ਕਿ ਵਕਰ ਸਤਾ ਦਾ ਖੇਤਰਫਲ ਕੀ ਹੁੰਦਾ ਆ ਵਕਰ ਦੇ ਵਿੱਚ ਕੀ ਹੁੰਦਾ ਆਪਾਂ ਦੋ ਚੀਜ਼ਾਂ ਨਹੀਂ ਲੈਂਦੇ ਫਿਰ ਕਿਹੜੀ ਕਿਹੜੀ ਨਹੀਂ ਲੈਂਦੇ ਛੱਤ ਤੇ ਫਰਸ਼ ਹੁਣ ਸਿਲੰਡਰ ਦੇ ਵਿੱਚ ਛੱਤ ਤੇ ਫਰਸ਼ ਕਿਹੜਾ ਹੈ ਸਿਲੰਡਰ ਦਾ ਨੀਚੇ ਵਾਲਾ ਚੱਕਰ ਉੱਪਰ ਵਾਲਾ ਚੱਕਰ ਵਾਲੇ ਇਹਨਾਂ ਦੋਵਾਂ ਨੂੰ ਕੱਢ ਦਾਂਗੇ ਆਪਾਂ ਮਤਲਬ ਕਿ ਆਹ ਸਿਲੰਡਰ ਸੀਗਾ ਇਹਦੇ ਚੱਕਰ ਆਹ ਵਾਲਾ ਵੀ ਕੱਢਤਾ ਆਪਾਂ ਵੀ ਕੱਢਤਾ ਕੱਢਣ ਤੋਂ ਬਾਅਦ ਬਾਕੀ ਕੀ ਬਚ ਜਾਂਦਾ ਆਪਣੇ ਕੋਲ ਆਇਤ ਬਚ ਗਿਆ ਆਇਤ ਦੀ ਆਹ ਵਾਲੀ ਸਾਈਡ ਕਿੰਨੀ ਸੀ 2 ਪਾਈ ਆਰ ਆਹ ਕੀ ਆ ਉਚਾਈ ਉਹਦੀ ਜਿਹੜੀ ਉਹਦੀ ਚੜਾਈ ਹੈ ਇਹ ਕਿੰਨੀ ਐਚ ਇਹਦਾ ਖੇਤਰਫਲ ਕੱਢਾਂਗੇ ਆਪਾਂ ਇਸ ਸਾਈਡ ਨੂੰ ਇਹਨਾਂ ਗੁਣਾ ਕਰ ਦੋ ਆਪਣੇ ਕੋਲ ਬਣ ਜਾ 2 ਪਾਈ ਆਰ ਐਚ ਆ ਜਾਂਦਾ ਠੀਕ ਹੈ ਹੁਣ ਕੀ ਆਪਣੇ ਕੋਲ ਪੀਐਸਏ ਦੇ ਵਿੱਚ ਆਪਣੇ ਕੋਲ ਆਉਂਦਾ ਆ ਸਿਲੰਡਰ ਦਾ ਕਿਹੜਾ ਇਹ ਵਾਲਾ ਭਾਗ ਲੈਂਦੇ ਆ ਇਹਨਾਂ ਭਾਗ ਜਿਹਦੇ ਵਿੱਚ ਇਹ ਆਪਣੇ ਕੋਲ ਐਚ ਆ ਇਹਨੂੰ ਆਪਾਂ ਖੋਲਦੇ ਹਾਂ ਇਹ ਆਪਣੇ ਕੋਲ ਕੀ ਆਉਂਦਾ 2 ਪਾਈ ਆਰ ਜਿਹੜਾ ਹੈਗਾ ਆਪਣੇ ਕੋਲ ਚੱਕਰ ਦਾ ਘੇਰਾ ਜਿਹੜਾ ਆਪਾਂ ਇੱਥੇ ਡਿਸਕਸ ਕਰ ਚੁੱਕੇ ਚੱਕਰ ਦਾ ਘੇਰਾ ਕਲੀਅਰ ਹੁਣ ਇਹਨਾਂ ਦੋਵਾਂ ਨੂੰ ਹੁਣ ਆਇਤ ਜਿਹੜਾ ਹੁੰਦਾ ਆਇਤ ਦਾ ਫਾਰਮੂਲਾ ਹੁੰਦਾ ਆਇਤ ਦਾ ਖੇਤਰਫਲ ਆਇਤ ਦਾ ਬਰਾਬਰ ਲੰਬਾਈ ਗੁਣਾ ਚੌੜਾਈ ਹੁਣ ਇਹਦੇ ਵਿੱਚ ਜਿਹੜੀ ਆਪਣੇ ਕੋਲ ਲੰਬਾਈ ਆ ਉਹ ਕੀ ਸ਼ੋ ਹੁੰਦੀ ਆ 2 ਪਾਈ ਆਰ 2 ਪਾਈ ਆਰ ਗੁਣਾ ਐਚ ਆਪਣੇ ਕੋਲ ਗੁਣਾ ਕਰਕੇ ਆ ਜਾਂਦਾ 2 ਪਾਈ ਆਰ ਐਚ ਆ ਗਿਆ ਇਹ ਆਪਣੇ ਕੋਲ ਦਾ ਸੀਐਸ ਦਾ ਫਾਰਮੂਲਾ ਆ ਗਿਆ ਕਲੀਅਰ ਦੈਨ ਆਉਂਦਾ ਆਪਣੇ ਕੋਲ ਟੋਟਲ ਸਰਫਸ ਏਰੀਆ ਕੁੱਲ ਸਤਾ ਦਾ ਖੇਤਰਫਲ ਹੁਣ ਕੁੱਲ ਸਤਾ ਦੇ ਵਿੱਚ ਦੇਖੋ ਜੀ ਸਤਾ ਕਿੰਨੀ ਆ ਇੱਕ ਵਿੱਚ ਵਾਲੀ ਆ ਦੋ ਚੱਕਰ ਨੇ ਕਿੰਨੀਆਂ ਸਤਾ ਬਣ ਗਈਆਂ ਤਿੰਨ ਬਣ ਗਈਆਂ ਮਤਲਬ ਤਿੰਨੇ ਹੀ ਸਤਾ ਦੇ ਖੇਤਰਫਲ ਕੀ ਹੋਣਗੇ ਜੁੜ ਜਾਣਗੇ ਠੀਕ ਆ ਹੁਣ ਇਹਦੇ ਵਿੱਚ ਕੀ ਆਊਗਾ ਆਪਣੇ ਕੋਲ ਚੱਕਰ 1 ਦਾ ਖੇਤਰਫਲ ਪਲੱਸ ਚੱਕਰ 2 ਦਾ ਖੇਤਰਫਲ ਪਲੱਸ ਤੀਜਾ ਭਾਗ ਇਹਦੇ ਨਾਲ ਮੈਂ ਇੱਥੇ ਲਿਖਦਾ ਆਇਤ ਕਿਉਂਕਿ ਆਇਤ ਹੈ ਨਾ ਆਇਤ ਦਾ ਖੇਤਰਫਲ ਤੀਜਾ ਭਾਗ ਵੀ ਹੈਗਾ ਤਿੰਨੇ ਭਾਗਾਂ ਦਾ ਖੇਤਰਫਲ ਜੁੜ ਗਿਆ ਚੱਕਰ ਦਾ ਖੇਤਰਫਲ ਕਿੰਨਾ ਬਣਿਆ ਆਪਾਂ ਪਾਈ ਆਰ ਦੀ ਦੂਰ ਪਾਈ ਆਰ ਸਕੇਅਰ ਜਾਂ ਪਾਈ ਆਰ ਦੀ ਦੂਰ ਇਹ ਆ ਗਿਆ ਆਪਣੇ ਕੋਲ ਪਾਈ ਆਰ ਸਕੇਅਰ ਪਲੱਸ ਦੂਸਰੇ ਚੱਕਰ ਦਾ ਵੀ ਆ ਗਿਆ ਪਾਈ ਆਰ ਸਕੇਅਰ ਪਲੱਸ ਤੀਸਰਾ ਆਪਣੇ ਕੋਲ ਆਇਤ ਹੈ ਆਇਤ ਦਾ ਖੇਤਰਫਲ ਕਿੰਨਾ 2 ਪਾਈ ਆਰ ਐਚ ਉਹ ਆ ਗਿਆ ਆਪਣੇ ਕੋਲ 2 ਪਾਈ ਆਰ ਐਚ ਹੁਣ ਇਹਨੂੰ ਵੇਖੋ ਤੁਸੀਂ ਤੁਹਾਡੇ ਕੋਲ ਕਿੰਨੇ ਪਾਈ ਆਰ ਸਕੇਅਰ ਹੋ ਗਏ 2 ਪਾਈ ਆਰ ਸਕੇਅਰ ਹੋ ਗਏ ਦੋਵਾਂ ਨੂੰ ਜੋੜਦਾ ਆਪਣੇ ਕੋਲ ਆਏਗਾ 2 ਪਾਈ ਆਰ ਸਕੇਅਰ ਪਲੱਸ 2 ਪਾਈ ਆਰ ਐਚ ਆ ਚੀਜ਼ ਆ ਗਈ ਹੁਣ ਦੇਖੋ ਤੁਹਾਡੇ ਕੋਲ ਇੱਧਰ ਵੀ 2 ਹੈਗਾ ਇਸ ਸਾਈਡ ਵੀ 2 ਹੈਗਾ 2 ਬਾਅਦ ਬਣ ਗਈ ਆਪਣੇ ਕੋਲ 2 ਟਰਮਸ ਆ ਗਈਆਂ ਇੱਧਰ ਵੀ 2 ਆ ਇੱਧਰ ਵੀ 2 ਆ 2 ਬਾਅਦ ਲਿਖਿਆ ਆਪਾਂ ਇੱਧਰ ਵੀ ਪਾਈ ਆ ਇੱਧਰ ਵੀ ਪਾਈ ਹੈਗਾ ਪਾਈ ਬਾਅਦ ਇੱਧਰ ਕਿੰਨੇ ਆ ਰਹਾ 2 ਇੱਥੇ ਕਿੰਨੇ ਆ ਰਹਾ 1 ਇੱਕ ਆਰ ਆ ਗਿਆ ਕੋਮਨ ਸਮਝਿਆ ਆ 2 ਵੀ ਬਾਹਰ ਚਲ ਗਿਆ ਪਾਈ ਵੀ ਬਾਹਰ ਚਲ ਗਿਆ ਇੱਥੋਂ ਇੱਕ ਆਰ ਬਾਹਰ ਚਲ ਗਿਆ ਕੀ ਰਹਿ ਗਿਆ ਐਸੀ ਐਸੇ ਵਿੱਚ ਕੀ ਰਹਿ ਗਿਆ 2 ਗਿਆ ਕੋਮਨ ਪਾਈ ਗਿਆ ਕੋਮਨ ਇੱਕ ਆਰ ਗਿਆ ਕਿੰਨੇ ਕੀ ਬਚ ਗਿਆ ਆਰ ਇੱਕ ਆਰ ਬਚ ਗਿਆ ਇੱਥੋਂ 2 ਵੀ ਗਿਆ ਪਾਈ ਵੀ ਗਿਆ ਆਰ ਵੀ ਗਿਆ ਕੀ ਬਚ ਗਿਆ ਐਸ ਇਹਦਾ ਫਾਰਮੂਲਾ ਕੀ ਆ ਗਿਆ ਆਪਣੇ ਕੋਲ 2 ਪਾਈ ਆਰ ਆਰ ਪਲੱਸ ਐਸ ਇਹਦਾ ਕੁੱਲ ਸਤਾ ਖੇਤਰਫਲ ਕਿੰਨਾ ਹੁੰਦਾ 2 ਪਾਈ ਆਰ ਆਰ ਪਲੱਸ ਐਚ ਆ ਜੀ ਆਪਣੇ ਕੋਲ ਸਿਲੰਡਰ ਜਿਹਦੇ 3 ਭਾਗ ਹੁੰਦੇ ਆਪਣੇ ਕੋਲ 2 ਚੱਕਰ ਹੁੰਦੇ ਆ
एक आयत हुंदा है जदों आपां आयत दी गल करदे आं अपने कोल वर्ग सतह दा खेत्रफल आंदा है जदों आपां तिन्नां दी गल करदे आं तो साडे कोल कुल सतह दा खेत्रफल आंदा क्योंकि तीन सतहां ने अपने कोल क्लियर थर्ड एक्सरसाइज दा फर्स्ट क्वेश्चन है उच्च लिखा कि बेलन जिहड़ी ऊंचाई आ 14 सेंटीमीटर आ इट मीन कि आ जिहड़ी ऊंचाई किन्नी होगी 14 सेंटीमीटर आ बेलन दी फिर अपने कोल लिखा होया कि बेलन दी वर्ग सतह दा खेत्रफल किन्ना है 88 सेंटीमीटर बेलन दी मैं वक्र सतह नहीं लिखना मैं सीधा लिखूंगा बेलन का सी एस ए ठीक है बेलन का सी एस ए क्या होता है अपने को 2π आर मतलब 2π r h बराबर आ गया 88 सेंटीमीटर ਦਿੱਤਾ ਹੁੰਦਾ ਤੁਹਾਡੇ ਕੋਲ ਜਾਂ ਤਾਂ ਪਾਈ ਬਟਾ 7 ਦਿੱਤਾ ਹੁੰਦਾ ਜਾਂ 3.144 ਕੋ ਦਿੱਤਾ ਹੁੰਦਾ ਠੀਕ ਹੈ ਇਹ ਦਿੱਤਾ ਹੁੰਦਾ ਬੁੱਕ ਦੇ ਵਿੱਚ ਆਪਣੇ ਕੋਲ ਇੱਥੇ 22 ਬਟਾ 7 ਲਿਖਿਆ ਹੋਇਆ ਠੀਕ ਹੈ ਹੁਣ ਇਹਦੇ ਇੱਕ ਹੋਰ ਇੱਕ ਪਤਾ ਕਰੋ ਕਿ ਹੈ ਆਧਾਰ ਦਾ ਵਿਆਸ ਹੁਣ ਸਿਲੰਡਰ ਦਾ ਆਧਾਰ ਕਿਹੜਾ ਹੁੰਦਾ ਹੈ ਚੱਕਰ ਇਹਦਾ ਚੱਕਰ ਦਾ ਵਿਆਸ ਪਤਾ ਕਰਨਾ ਠੀਕ ਹੈ ਹੁਣ ਚੱਕਰ ਦਾ ਅੱਧ ਵਿਆਸ ਕਿਹਦੇ ਬਰਾਬਰ ਹੁੰਦਾ r ਦੇ ਜੇ ਇਸ ਲਾਈਨ ਨੂੰ ਆਪਾਂ ਇੱਧਰ ਵੀ ਜੋੜ ਦਈਏ ਵੀ r ਬਣ ਗਿਆ 2r ਬਣ ਗਿਆ ਜਦੋਂ 2r ਬਣ ਗਿਆ ਆਪਣੇ ਕੋਲ ਕੀ ਬਣ ਜਾਂਦਾ ਵਿਆਸ ਇਹਦਾ ਮਤਲਬ ਕਿ ਜੇ ਆਪਾਂ r ਜਮਾ r ਕਰੀਏ ਆਪਣੇ ਕੋਲ ਆ ਗਿਆ 2r ਦੇ ਬਰਾਬਰ ਜੀ ਇਹ ਹੋ ਗਿਆ ਵਿਆਸ ਆਪਾਂ ਇਹ ਪਤਾ ਕਰਨਾ ਵਾ 2r 2r ਜਿਹੜੀ ਵੈਲਿਊ ਆਪਾਂ ਉਹ ਪਤਾ ਕਰਨੀ ਆ ਹੁਣ ਇਹਦੇ ਤੋਂ ਆਪਾਂ ਇਹਨੂੰ ਸੋਲਵ ਕਰੀਏ ਆਪਾਂ ਲਿਖਿਆ 2 r ਨੂੰ ਮੈਂ 2 ਦੇ ਨਾਲ ਲਗਾਤਾ ਕਿਉਂਕਿ ਪਤਾ ਕਰਨਾ ਧਿਆਨ ਰੱਖਣਾ ਜਿਹੜੀ ਚੀਜ਼ ਪਤਾ ਕਰਨੀ ਨਾ ਉਹ ਆਪਾਂ ਇੱਕ ਸਾਈਡ ਤੇ ਕਰ ਲਈ ਜੋ ਬਾਕੀ ਬਚ ਗਿਆ ਉਹਦੇ ਉੱਤੇ ਭਾਗ ਕਰ ਦੇਣਾ ਕਿਉਂਕਿ ਸਾਰਾ ਗੁਣਾ ਚ ਪਿਆ ਨਾ ਸਾਰੀ ਚੀਜ਼ ਗੁਣਾ ਚ ਪਈ ਆ ਕਿਉਂਕਿ ਇਹਦੇ ਵਿੱਚ ਕੋਈ ਵੀ ਸਾਈਨ ਨਹੀਂ ਆਪਣੇ ਕੋਲ ਪਲੱਸ ਮਾਈਨਸ ਦਾ ਤੇ ਦੋ ਵਾਰ ਆਪਾਂ ਇੱਧਰ ਲਿਖ ਲਿਆ ਜੋ ਪਤਾ ਕਰਨਾ ਵਾ ਬਾਕੀ ਜੋ ਵੀ ਚੀਜ਼ ਪਈ ਉਧਰ ਭਾਗ ਹੋ ਜਾਣੀ ਕਿਉਂਕਿ ਗੁਣਾ ਜਿਹੜੀ ਆ ਉਹ ਭਾਗ ਹੋ ਗਈ ਹੈ ਕੀ ਆ ਗਿਆ ਆਪਣੇ ਕੋਲ 88 ਸੈਂਟੀਮੀਟਰ ਦੀ ਦੋ ਇੱਧਰ ਆ ਗਿਆ ਆਪਣੇ ਕੋਲ ਪਾਈ ਤੇ ਐਚ ਪਾਈ ਤੇ ਐਚ ਹੁਣ ਆਪਾਂ ਇਹਨਾਂ ਦੀਆਂ ਵੈਲਿਊਜ਼ ਭਰੀਏ ਇਹ ਆਪਣੇ ਕੋਲ ਗਿਆ ਵਿਆਸ ਬਰਾਬਰ ਪਾਈ ਦੀ ਵੈਲਿਊ ਕਿੰਨੀ 22/7 एच की वैल्यू कितनी 14 सेंटीमीटर एक ना 88 सेंटीमीटर दी दो हुण ऊपर कितने सेंटीमीटर है 2 सेंटीमीटर पे ऊपर जदों भी घात 2 होवे ना इहदा मतलब हुंदा कि सेंटीमीटर दो बारी गुणा होया होया है दो बारी गुणा करके फिर ही आंसर आया वैसे भी ये खेत्रफल लिया तां ओह 2 च ही हुंदा है 1 सेंटीमीटर कट गया ठीक है ये वाला सेंटीमीटर कहना करते हैं ओहदी घात ना कटदा मतलब 1 कटया गया ऊपर 1 बच जूगा हुण ਇਹ ਰਹਿ ਗਿਆ ਆਪਣੇ ਕੋਲ 88 ਨਾਲ ਸੈਂਟੀਮੀਟਰ ਬਟਾ ਆ ਗਿਆ 22/14 ਹੁਣ ਇਹਦੇ ਵਿੱਚ ਬਟੇ ਚ ਕੀ ਪਿਆ ਆ 7 ਧਿਆਨ ਨਾਲ ਸਮਝੋ ਉੱਪਰ ਵੈਲਿਊ ਆ ਨੀਚੇ ਬਟਾ ਪਿਆ ਬਟ ਇਹਦੇ ਵਿੱਚ ਜੋ ਵੀ ਨੀਚੇ ਹੁੰਦਾ ਆ ਉਹ ਚੀਜ਼ ਨੇ ਉੱਪਰ ਚੱਲ ਜਾਣਾ 7 ਨੀਚੇ ਪਿਆ ਨਾ ਬਟੇ 7 ਉੱਪਰ ਚੱਲ ਜਾਊਗਾ ਇੱਥੇ 7 ਗਿਆ ਉੱਪਰ 7 × 7 14 ਕੱਟਿਆ ਗਿਆ 22 × 22 22 × 44 22 × 66 22 × 4 88 ਠੀਕ ਆ ਹੁਣ ਆਪਣੇ ਕੋਲ ਰਹਿ ਗਿਆ ਇੱਧਰ ਇੱਕ ਇੱਧਰ ਇੱਕ ਇੱਧਰ ਦੋ ਇੱਥੇ 4 2 × 2 2 × 4 2 ਬਚ ਗਿਆ ਆਪਣੇ ਕੋਲ ਕੀ ਆ ਗਿਆ 2r ਮਤਲਬ ਜਿਹੜਾ ਵਿਆਸ ਆ ਗਿਆ ਆਪਣੇ ਕੋਲ ਕੀ ਆ ਗਿਆ 2 ਸੈਂਟੀਮੀਟਰ ਵਿਆਸ ਕਿੰਨਾ ਆ ਗਿਆ 2 ਸੈਂਟੀਮੀਟਰ ਹੁਣ ਇਹ ਸੀ ਆਪਣਾ ਸਵਾਲ ਜਿਹੜਾ ਆਪਾਂ ਸੋਲਵ ਕਰਨਾ ਕੀ ਵਿਆਸ ਕੱਢੋ ਉਹ ਆਪਾਂ ਵਿਆਸ ਕੱਢਦਾ ਪਰ ਜੇ ਇਸ ਤੋਂ ਬਾਅਦ ਤੁਹਾਨੂੰ ਕਹਿੰਦੇ ਵੀ ਅੱਧ ਵਿਆਸ ਕੱਢੋ ਠੀਕ ਹੈ ਨਾ ਹੁਣ ਵਿਆਸ ਦੇਖੋ ਕਿੰਨਾ ਆਇਆ ਮੰਨ ਲਿਆ ਸਾਰਾ 2 ਆਇਆ ਜੇ ਅੱਧ ਵਿਆਸ ਕੱਢਣ ਨੂੰ ਕਹਦੇ ਅੱਧ ਵਿਆਸ ਕਿੰਨਾ ਆਊਗਾ ਇਹ ਤਾਂ 2r ਹੁੰਦੇ ਨਾ 2r ਹੁੰਦੇ ਆ 2r ਨੂੰ ਜੋੜ ਕੇ ਵਿਆਸ ਬਣਦਾ ਆ ਮਤਲਬ ਜੇ ਸਾਰਾ ਹੀ 2 ਹੋਇਆ ਤਾਂ 1r ਕਿੰਨਾ ਹੋਇਆ 1 ਅੱਧ ਵਿਆਸ ਕਿੰਨਾ ਹੋਇਆ ਵਿਆਸ 2 ਆ ਅੱਧ ਕਿੰਨਾ ਹੋਇਆ ਉਹਦਾ ਅੱਧਾ ਵਿਆਸ ਕਿੰਨਾ ਹੋ ਗਿਆ ਆ ਸਾਰਾ ਵਿਆਸ ਆ ਨਾ ਇਹ 2 ਆ ਇਹਨੂੰ ਅੱਧਾ ਕੀਤਾ ਕਿੰਨਾ ਆ ਗਿਆ
ਇੱਕ ਆ ਗਿਆ ਨਾ, ਮਤਲਬ ਅਰਧ ਵਿਆਸ ਕਿੰਨਾ ਆਊਗਾ? ਜੇ ਸਾਨੂੰ ਅਰਧ ਵਿਆਸ ਵੀ ਕੱਢਣ ਨੂੰ ਕਹਿੰਦਾ ਉਹ ਆਪਾਂ ਕਿੱਦਾਂ ਕੱਢਣਾ ਜੀ? ਅਰਧ ਵਿਆਸ ਦਾ ਮਤਲਬ ਹੁੰਦਾ ਆਰ ਰੇਡੀਅਸ, ਆਰ ਕੱਢਣਾ ਜੀ ਆਪਾਂ ਇੱਕ ਅਰਧ ਵਿਆਸ ਕੱਢਦੇ ਉਹ ਬਰਾਬਰ ਆਉਣਾ ਸੀ ਦੋ ਆਹ ਵਾਲਾ ਬਟਾ ਦੋ ਉਧਰ ਲੈਣਾ ਜੀ, ਦੋ ਕੱਟ ਕੇ ਕਿੰਨਾ ਆ ਗਿਆ? ਆ ਗਿਆ ਇੱਕ, ਠੀਕ ਹੈ। ਜਿੰਨਾ ਵੀ ਵਿਆਸ ਹੋਵੇ ਨਾ ਜੀ ਅਰਧ ਵਿਆਸ ਕੱਢਣ ਨੂੰ ਕਹਿਤਾ ਉਹਦਾ ਅੱਧ ਕਰ ਦਿਓ ਕੱਢ ਕੋ, ਉਹਦਾ ਰੇਡੀਅਸ ਜਾਂ ਅਰਧ ਵਿਆਸ ਜਿਹੜਾ ਆ ਨਿਕਲ ਆਵੇਗਾ। ਨੈਕਸਟ ਆਪਣੇ ਕੋਲ ਦੂਸਰਾ ਸਵਾਲ, ਉਹਦੇ ਵਿੱਚ ਕੀ ਕਹਿੰਦਾ ਸਾਡੇ ਕੋਲ ਨਾ ਇੱਕ ਧਾਤੂ ਦੀ ਚਾਦਰ ਆ, ਧਾਤੂ ਮਤਲਬ ਕਿ ਮੈਟਲ, ਮਤਲਬ ਕਿ ਜਿੱਦਾਂ ਲੋਹੇ ਦੀ ਸ਼ੀਟ ਆ, ਤੁਸੀਂ ਡਰੰਮ ਬਣੇ ਵੇਖੇ ਨਾ ਜਿਹ 'ਚ ਆਪਾਂ ਕਣਕ ਵਗੈਰਾ ਰੱਖਦੇ ਹਾਂ ਹੈ ਨਾ, ਉਹ ਡਰੰਮ ਦੀ ਲੋਹੇ ਦੀ ਸ਼ੀਟ ਹੁੰਦੀ ਆ, ਤੇ ਉਹ ਜਿਹੜਾ ਕਹਿੰਦਾ ਧਾਤੂ ਆ ਨਾ ਜਿਹੜੀ ਚਾਦਰ ਬਣੀ ਹੋਈ ਆ ਉਹਦੀ ਉਚਾਈ ਕਿੰਨੀ ਆ? ਇੱਕ ਮੀਟਰ ਉੱਚੀ ਆ ਉਹ, ਤੇ ਉਹਦਾ ਵਿਆਸ ਕਿੰਨਾ ਹੈ? 140 ਸੈਂਟੀਮੀਟਰ। ਹੁਣ ਜਿਹੜਾ ਡਰੰਮ ਦੀ ਸ਼ੀਟ ਆ, ਜਿਹੜੀ ਚਾਦਰ ਆ, ਉਹ ਗੋਲੀ ਆਉਂਦੀ ਆ ਜਾਂ ਇਸ ਤਰ੍ਹਾਂ ਆਉਂਦੀ ਆ? ਏਦਾਂ ਹੁੰਦੀਆਂ ਨਾ ਸ਼ੀਟਾਂ ਸਿੱਧੀਆਂ, ਇਸ ਤਰ੍ਹਾਂ ਦੀ ਸ਼ੀਟ ਆ, ਮਤਲਬ ਕਿ ਇੱਥੋਂ ਹੀ ਡਰੰਮ ਬਣੂਗਾ, ਗੋਲ ਕਰਾਂਗੇ ਨਾ ਇੱਥੋਂ ਹੀ ਡਰੰਮ ਬਣੂਗਾ ਆਪਣੇ ਕੋਲ, ਇਹਦਾ ਮਤਲਬ ਜਿਹੜੀ ਸ਼ੀਟ ਆ ਉਹ ਕਿਹੜੇ ਆਕਾਰ ਦੀ ਹੋਊਗੀ? ਆਇਤ ਕਰੋਗੀ। ਤੇ ਸਾਨੂੰ ਉਹਨੇ ਕਿਹਾ ਕਿ ਇਸ ਲਈ ਕਿੰਨੇ ਵਰਗ ਮੀਟਰ ਚਾਦਰ ਦੀ ਲੋੜ ਹੈ, ਵੀ ਕਿੰਨੀ ਜਿਹੜੀ ਚਾਦਰ ਆ ਨਾ ਉਹ ਲੋਹੇ ਦੀ ਸ਼ੀਟ ਆ ਜਾਂ ਕਿਸ ਤਰ੍ਹਾਂ ਵੀ ਆ ਕਿੰਨੀ ਲੱਗੂਗੀ? ਉਹ ਕਿੰਨੀ ਲੱਗੂਗੀ? ਜਿੰਨਾ ਆਹ ਆਇਤ ਦਾ ਖੇਤਰਫਲ ਹੋਊਗਾ, ਇਹ ਹੋਊਗਾ ਨਾ, ਜਿੰਨਾ ਉਹ ਚਾਦਰ ਦਾ ਖੇਤਰਫਲ ਹੋਊਗਾ ਉਨੇ ਲੱਗੂਗਾ। ਤੇ ਇਹਦਾ ਖੇਤਰਫਲ ਕੱਢਾਂਗੇ ਤਾਂ ਆਪਾਂ ਉਹ ਕਿਹੜਾ ਖੇਤਰਫਲ ਹੁੰਦਾ ਹੈ, ਸੀਐਸਏ ਜਾਂ ਟੀਐਸਏ? ਸੀਐਸਏ ਹੁੰਦਾ ਆ, ਵੱਕਰ ਸਤਹ ਦਾ ਖੇਤਰਫਲ। ਇਹਦਾ ਮਤਲਬ ਕਿ ਇਸ ਲਈ ਮੈਂ ਇੱਥੇ ਲਿਖਿਆ ਚਾਦਰ ਆਇਤਾਕਾਰ ਹੋਵੇਗੀ, ਟੈਂਕੀ ਦਾ ਸੀਐਸਏ ਬਰਾਬਰ ਕਿਹਦੇ ਹੋਊਗਾ? ਟੈਂਕੀ ਦੇ ਸੀਐਸਏ ਦੇ ਬਰਾਬਰ, ਜਿਹੜਾ ਕਿਉਂਕਿ ਇਸ ਲਈ ਮੈਂ ਲਿਖਿਆ ਤੇ ਕਿਉਂਕਿ ਕਿਉਂਕਿ ਆਇਤ ਸਿਲੰਡਰ ਦਾ ਸੀਐਸਏ ਹੁੰਦਾ ਹੈ, ਜਿਹੜਾ ਆਇਤ ਹੁੰਦਾ ਨਾ ਉਹ ਸਿਲੰਡਰ ਦਾ ਕੀ ਹੁੰਦਾ ਆ? ਸੀਐਸਏ ਹੁੰਦਾ ਹੈ, ਇਸ ਲਈ ਆਪਾਂ ਉਹਦਾ ਸੀਐਸਏ ਕੱਢਾਂਗੇ। ਹੁਣ ਸੀਐਸਏ ਕੱਢਣ ਦੇ ਲਈ ਆਪਣੇ ਕੋਲ ਕੀ ਫਾਰਮੂਲਾ ਆ ਗਿਆ? 2πr ਹੈ, ਠੀਕ ਹੈ। ਹੁਣ ਧਿਆਨ ਨਾਲ ਵੇਖੋ, ਮੈਂ ਇਹ ਗੱਲ ਕਰ 2r ਮੈਂ ਇੱਦਾਂ ਲਿਖ ਲਿਆ, ਪਾਈ h ਮੈਂ ਇੱਧਰ ਕਰਤਾ, ਆਹ 2r ਕਿਹਦੇ ਬਰਾਬਰ ਹੁੰਦਾ ਆ? 2r ਕਿਹਦੇ ਬਰਾਬਰ ਹੁੰਦਾ? ਅੱਧ ਵਿਆਸ ਕੇ ਵਿਆਸ ਵਿਆਸ ਦੇ ਬਰਾਬਰ ਹੁੰਦਾ ਨਾ, ਇੱਥੇ ਲਿਖ ਵੀ ਲਓ d ਆ ਕੇ ਲਿਖਿਆ, d ਨੂੰ ਬਰਾਬਰ ਹੀ ਕਹਿੰਦੇ ਆ 2r, ਠੀਕ ਹੈ। ਇਹ ਕਿੰਨਾ 140 ਸੈਂਟੀਮੀਟਰ। ਹੁਣ ਇੱਕ ਚੀਜ਼ ਵੇਖੋ, ਇੱਕ ਚੀਜ਼ ਮੀਟਰ ਜਾਂ ਦੂਜੀ ਗੱਲ ਚਾ ਸੈਂਟੀਮੀਟਰ ਦੇ ਵਿੱਚ, ਇਹਨੂੰ ਸੈਂਟੀਮੀਟਰ ਦੇ ਵਿੱਚ ਬਰਾਬਰ ਕਰ ਦਿਓ, ਇਹਨੂੰ 100 ਸੈਂਟੀਮੀਟਰ, ਸੈਂਟੀਮੀਟਰ ਚ ਆ ਗਿਆ ਹੋਵੇ ਉਹ 100 ਸੈਂਟੀਮੀਟਰ, ਉਹ ਕਿੰਨਾ 140 ਸੈਂਟੀਮੀਟਰ। ਹੁਣ ਇਹ 2r ਆ, ਇਹ ਕਿਹਦੇ ਬਰਾਬਰ ਆ? 140 ਦੇ, ਇਹਦੀ ਜਗ੍ਹਾ ਤੇ ਆ ਗਿਆ ਆਪਣੇ ਕੋਲ 140 ਗੁਣਾ ਪਾਈ ਦੀ ਵੈਲਿਊ 2/7, h ਦੀ ਵੈਲਿਊ ਕਿੰਨੀ ਆ? 100। ਕੱਢਦੇ ਪਏ ਖੇਤਰਫਲ ਆਪਾਂ ਸੀਐਸਸੀ ਕੱਢਦੇ ਪਏ ਨਾ, ਨਾਲ ਕੀ ਆਊਗਾ? ਸੈਂਟੀਮੀਟਰ ਦੀ 2 ਆਊਗਾ। ਇਹਨੂੰ ਤੁਸੀਂ ਸੋਲਵ ਕਰ ਲੈਣਾ, ਕਟਿੰਗ ਕਰ ਲੈਣੀ, ਮਤਲਬ ਕਿ ਸਾਰਾ ਸਾਡੇ ਕੋਲਗਾ 140 ਗੁਣਾ 22 ਗੁਣਾ 100 ਵਟਾ 7 ਸੈਂਟੀਮੀਟਰ ਦੀ 2। ਉੱਪਰ ਵਾਲਾ ਸਾਰਾ ਜੇ ਤਾਂ ਕਟਿੰਗ ਹੁੰਦਾ ਕਿਸੇ ਨੇ ਤੇ ਕਰ ਲਓ, 7 × 2 = 14 ਨਾਲ 0 ਬਾਈ 20 ਆ ਗਿਆ, 20 ਗੁਣਾ 22 ਗੁਣਾ ਕੀ ਆ ਗਿਆ? 100। ਇਹਨੂੰ ਜਿੰਨਾ ਗੁਣਾ ਕਰਕੇ ਆਊਗਾ ਉਹ ਤੁਹਾਡੇ ਕੋਲ ਕੀ ਹੋਊਗਾ? ਤੁਹਾਡਾ ਆਂਸਰ ਹੋਊਗਾ, ਇਹ ਗੁਣਾ ਕਰਕੇ ਆਊਗਾ ਜੋ ਵੀ ਆ, ਠੀਕ ਹੈ। ਆਂਸਰ ਦੋ ਤਰ੍ਹਾਂ ਹੋ ਸਕਦਾ, ਜ਼ਿਆਦਾ ਸੈਂਟੀਮੀਟਰ ਜਾਂ ਮੀਟਰ ਦੇ ਵਿੱਚ ਹੋਊਗਾ। ਜੇ ਮੀਟਰ ਚ ਹੋਊਗਾ ਤਾਂ ਤੁਸੀਂ ਇਹਨੂੰ 1000 ਨਾਲ ਡਿਵਾਈਡ ਕਰ ਦਿਓ, ਮੀਟਰ ਚ ਆਏਗਾ, ਠੀਕ ਹੈ। ਆਹ ਕੁਐਸਚਨ ਹੋ ਗਿਆ। ਜਿਹੜਾ ਤੀਜਾ ਕੁਐਸਚਨ ਹੈ ਉਹ ਤੁਹਾਡੇ ਕੋਲ ਪਾਈਪ ਆ, ਇੱਕ ਕਹਿੰਦਾ ਪਾਈਪ ਆ ਤੇ ਉਸ ਪਾਈਪ ਦਾ 2 ਵਿਆਸ ਦੇਖੋ ਲੰਬਾਈ ਦਿੱਤੀ, ਮਤਲਬ ਕਿ ਆਹ ਪਾਈਪ ਆ, ਠੀਕ ਹੈ। ਇਸ ਪਾਈਪ ਦੀ ਆਪਾਂ ਲੰਬਾਈ ਦਿੱਤੀ ਕਿੰਨੀ? 77 ਸੈਂਟੀਮੀਟਰ ਦਿੱਤੀ ਲੰਬਾਈ ਉਹਨੇ ਆਹ ਪਾਈਪ ਦੀ। ਫਿਰ ਸਾਨੂੰ ਕਿਹਾ ਅੰਦਰੂਨੀ ਵਿਆਸ ਤੇ ਬਾਹਰੀ ਵਿਆਸ। ਹੁਣ ਜਿਹੜੀ ਪਾਈਪ ਹੁੰਦੀ ਆ ਉਹ ਮੋਟੀ ਵੀ ਤਾਂ ਹੁੰਦੀ ਨਾ, ਜਦੋਂ ਤੁਸੀਂ ਉਹਨੂੰ ਅੰਦਰੋਂ ਮਿਲੋਗੇ ਘੱਟ ਆਣੀ ਆ, ਜਦੋਂ ਬਾਹਰੋਂ ਮਿਲੋਗੇ ਤਾਂ ਜ਼ਿਆਦਾ ਹੋ ਜਾਣੀ। ਜਿਸ ਤਰ੍ਹਾਂ ਆਹ ਪਾਈਪ ਆ ਮੰਨ ਲਓ ਆਹ ਆ, ਹੁਣ ਇਹ ਦੇਖੋ ਆਹ ਮੋਟਾ ਵੀ ਲੈਗਾ ਨਾ ਵਰਕ, ਮੋਟਾ ਹੈਗਾ ਨਾ, ਜਿਹੜੀ ਦੀ ਮੋਟਾਈ ਆ ਜਦੋਂ ਮੈਂ ਅੰਦਰੋਂ ਅੰਦਰ ਮਾਪਾਂਗਾ ਅੰਦਰੋਂ ਅੰਦਰ ਉਹ ਅੰਦਰੂਨੀ ਵਿਆਸ ਹੋਊਗਾ, ਜਦੋਂ ਮੈਂ ਬਾਹਰੀ ਸਿਰਿਆਂ ਤੋਂ ਰੱਖ ਕੇ ਮਾਪੂਗਾ ਉਹ ਕੀ ਹੋਊਗਾ? ਬਾਹਰੀ ਵਿਆਸ ਹੋਊਗਾ। ਮੰਨ ਲਓ ਇਹ 'ਚ ਕਿੰਨੇ ਵਿਆਸ ਆ ਗਏ? 2, 2 ਵਿਆਸ ਆ ਗਏ ਇਹਦੇ ਵਿੱਚ। ਇਹ ਕੀ ਹੋਊਗਾ? ਮਤਲਬ ਕਿ ਪਾਈਪ ਦੀ ਸ਼ੇਪ ਕੀ ਹੋਊਗੀ? ਇਸ ਤਰ੍ਹਾਂ ਆਹ ਤੇ ਇਸ ਤਰ੍ਹਾਂ ਆਹ, ਠੀਕ ਆ। ਇੱਕ ਦੇ ਵਿੱਚ ਆਪਾਂ ਨੂੰ ਆਹ ਚੀਜ਼ ਦਿੱਤੀ ਆ ਅੰਦਰੂਨੀ ਵਿਆਸ ਇੰਨਾ, ਜਿਹੜਾ ਬਰਾਬਰ ਹੁੰਦਾ ਹੈਗਾ ਆਪਣੇ ਕੋਲ 4 ਦੇ ਬਰਾਬਰ। ਇੱਕ ਦੇ ਵਿੱਚ ਆਪਣੇ ਕੋਲ ਆਹ ਸਾਰੇ ਦਿੱਤਾ ਹੈ ਬਾਹਰੀ ਵਿਆਸ, ਜਿਹੜਾ ਆਪਣੇ ਕੋਲ ਹੈਗਾ ਦੇਖੋ ਬਾਹਰੀ ਵਾਲਾ ਮੈਂ ਇੱਧਰ ਲਿਖਿਆ 4.4, ਉਹ ਬਾਹਰ ਆ ਗਿਆ। ਹੁਣ ਇਹਦੇ ਸਾਨੂੰ ਕਹਿੰਦਾ ਕਿ ਅੰਦਰੂਨੀ ਵਕਰ ਸਤਹ ਦਾ ਖੇਤਰਫਲ ਪਤਾ ਕਰੋ ਤੇ ਬਾਹਰੀ ਵਕਰ ਸਤਹ ਦਾ ਖੇਤਰਫਲ ਪਤਾ ਕਰੋ, ਦੋ ਚੀਜ਼ਾਂ ਪਤਾ ਕਰਨ ਗਈਆਂ। ਫਾਰਮੂਲਾ ਉਹੀ ਰਹਿਣਾ ਵਾ, ਠੀਕ ਹੈ। ਇਹਨੂੰ ਮੈਂ D1 D2 ਲਿਖਿਆ, ਪਹਿਲਾਂ ਅੰਦਰੂਨੀ ਵਕਰ
सतह दा क्षेत्रफल वो होगा 2 पाई आर एच। देखो 2 पाई आर एच लिखा है ना, 2 आर होता किसके बराबर होता, डी दे, डी दे बराबर होता ना, इनको अपन लिखेंगे तो 2 आर नाल की लिखेंगे पाई एच, 2 आर किसके बराबर आ गया, डी दे, ये आ गया डी नाल रह गया पाई के नाल रह गया एच। हुन डी कितने है, 2, आप कैसी गल कर रहे हैं, अंदरूनी की अपने को डी वन, आप इतने की लिखेंगे डी वन। आ चीज बहुत ध्यान ना याद रखनी है कि 2 पाई आर एच फॉर्मूला होता है, आर नु 2 नाल गांदे आपके कोई बन जाता डी, ठीक है, फिर अपन डी वन रखिया पाई एच रखिया, इनु सॉल्व करना ना थाडे को आंसर आए, ठीक है, आंसर की आंदा अपने को डी वन कितना, अपने को 4 गुणा पाई कितना, पाई बटा 7, ऊंचाई कितनी है 70, नाल आ गया अपने को सेंटीमीटर दी 2, आ 7 इथे कट के 11 रह गया अपने को 4 गुणा पाई गुणा 11 सेंटीमीटर 2 गुणा करके आंदा 22 चो 88, 88 नु 11 नाल गुणा करो कितना आंदा अपने को 11 8 88 11 88 ते 8 कितने हो गए अपने को 96 960 सेंटीमीटर 2 जेड़ा अपने को आंसर आ गया, तिन्नां नु गुणा करते, ठीक है। दूसरा भाग जे आपां नु कहंदा आ बाहरी वक्र सतह दा क्षेत्रफल, ओ सेम अपने को फिर किया जाएगा, देखो इससे क्या डी वन पाई एच ओ की आ जाएगा अपने को डी टू पाई एच, फॉर्मूला है या 2 पाई आर एच, ठीक है, वो तो अपन डी टू पाई एच बनाता, क्लियर, पर इसको सॉल्व करते डी टू कितना अपने को 4.4 गुणा पाई कितना पाई बटा 7, एच कितना अपने को 70 नाल सेंटीमीटर 2, पर इना पॉइंट लगा हुआ है, पॉइंट को अपन कैंसिल करने लिए अपन सीधा 1 से 0 पॉइंट दी जगह पे 1 पॉइंट के बाद कितने नंबर आ 1 1 की आ गई 0 आ गई, हुन इसको सॉल्व करते हैं अपने को की आता 7 फिर कटया गया इथे 11 आ गया 2 11 22 ते 2 5 10 ये आ गया 44 गुणा 11 नु 11 नाल करो उदा ही लिखो डिवाइड बाय 5 सेंटीमीटर दी 2 ते आ गया 44 गुणा 121 बटा 5 सेंटीमीटर दी 2 आ दूजा इसको डिवाइड करके पूरा आंसर बना सकदे हो, ठीक है, इहना दोनों नु गुणा गुणा करके जिन्ना आंदा उहनू 5 नाल भाग जिन्ना आंदा उह तुहाडे कोल पूरा आंसर बन जाएगा। दूसरा हो गया, तीजा आंदा तुहाडे कोल कुल सतह दा क्षेत्रफल, कुल सतह दा क्षेत्रफल, हुण जिहड़ा कुल सतह दा क्षेत्रफल आ ना उस ते देखो की चीजां आणियां ने, पाई पा तुहाडे कोल पहला तो अपने को आ जाएगा वक्र सतह का क्षेत्रफल, कुल सतह तीन सतहां बन गई, पहला होगा अपने को पाई बटी अंदरूनी, सॉरी इधर लिख लो पाई का अंदरूनी सीएसए प्लस पाई का बाहरी सीएसए, दो चीजा हो गई, दोनों कटे ना अपना, क्योंकि अंदरूनी भी आना कुल पुछे अंदरूनी हो गया बाहरी हो गया, हम की रह गया अपने को समझना आई खाटे आप वाली अंदरूनी भी पता कर ली बाहरी भी पता कर लिया, ठीक है, दोवें कट ले, हूँ रह गया चक्कर, एक चक्कर नीचे अपने को दूजा चक्कर जिते उपर आ, हूँ दो चक्कर जो उपर नीचे आ जे चक्कर आ कि बन गए इदा के दिसूंगे, दो चक्कर अंदरूनी हो गए दो चक्कर बाहरी हो गए अपने को, हम इतने आ गया अपने को प्लस 2 अंदरूनी चक्कर का खेत्रफल प्लस 2 बाहरी चक्कर का खेत्रफल, क्लियर हो गई, एक तो सिलेंडर की कुल सतह का जो कहता ना हूँ सिलेंडर नहीं रह गया, मुड़ा कि पाइप, हम पाइप की मोटी भी होंगी, हम पाइप अंदरों भी है पाइप बाहरों भी है, ठीक है, इसलिए आप अंदरूनी जिदा अंदरूनी वक्र सतह कटी थी बाहरी कटी थी कुल पाइप का अंदरूनी सी एस ए प्लस पाइप का बाहरी सी एस ए प्लस, हम दो चक्कर उपर बन गए पाइप के, इस तरह दो चक्कर उपर से दो चक्कर नीचे, दो अंदर वाले चक्कर हो गए दो बाहर वाले चक्कर हो गए, इसलिए आप लिखा दो गुणा कर दी एक वाले अंदरूनी चक्कर का खेत्रफल प्लस 2 बाहरी चक्कर का खेत्रफल, क्योंकि दो अंदरूनी दो बाहरी चक्कर दो लगाया आप, ठीक है, इस तो बाद यह आंसर कि आया अपने को कट चुके आप 960 एक का आ गया 968 आप लिख लिया प्लस दूसरे का कि वाला
44 गुणा 121 बटा 5 दो दा लिख लिया आपां पण रह गया दो चक्कर जिहड़े आ हुण जिहड़ा चक्कर आ चक्कर दा क्षेत्रफल किन्ना हुंदा आ चक्कर दा क्षेत्रफल किन्ना हुंदा पाई आर स्क्वायर हुण इत्थे होगा प्लस 2 पाई आर स्क्वायर प्लस 2 पाई आर स्क्वायर ਹੁਣ ਇੱਥੇ ਇੱਕ ਚੀਜ਼ ਧਿਆਨ ਰੱਖੋ ਆਪਣੇ ਕੋਲ ਦੋ ਵਾਰੀ ਆਇਆ ਪਾਈ ਆਰ ਸਕੇਅਰ ਪਾਈ ਆਰ ਸਕੇਅਰ ਪਰ ਇਸ ਚੀਜ਼ ਤੋਂ ਇਹ ਥੋੜਾ ਪਤਾ ਲੱਗਦਾ ਕਿ ਕਿਹੜਾ ਅੰਦਰੂਨੀ ਚੱਕਰ ਆ ਤੇ ਕਿਹੜਾ ਬਾਹਰੀ ਆ ਜਦੋਂ ਦੋਵੇਂ ਚੀਜ਼ਾਂ ਇੱਕੋ ਜਿਹੀਆਂ ਹੋ ਗਈਆਂ ਆਪਣੇ ਕੋਲ ਇਹ ਨਹੀਂ ਪਤਾ ਲੱਗਦਾ ਕਿਹੜਾ ਅੰਦਰੂਨੀ ਤੇ ਕਿਹੜਾ ਬਾਹਰੀ ਆ ਇਹਦੇ 'ਚ ਆਪਾਂ D1 ਲਿਆ ਸੀ ਉਹਦੇ 'ਚ D2 ਲਿਆ ਆਪਾਂ ਨੂੰ ਪਤਾ ਲੱਗਦਾ D1 ਅੰਦਰ ਵਾਲੀ ਚੀਜ਼ ਆ ਤੇ D2 ਬਾਹਰ ਵਾਲੀ ਚੀਜ਼ ਆ ਹੁਣ ਆਪਾਂ ਨੂੰ ਇੱਥੇ ਇਕੱਲੇ ਆਰ ਦੀ ਲੋੜ ਆ ਕਿੱਥੇ ਆਪਾਂ ਉਹ ਆਰ ਕੱਢਣਾ ਵਾ ਠੀਕ ਆ ਹੁਣ ਜਿਹੜਾ ਆਰ ਹੋਊਗਾ ਬਰਾਬਰ अंदरूनी आ गया हुण इहनूं आपां लिखिआ R1 इत्थे सीगा आपणे कोल अंदरूनी इत्थे मैं लिखता R1 क्लियर हुण दूसरा कड्ढा गया R2 आऊगा अपने को इतना ही D2 बटा 2 वो आ गया 4.4 बटा 2 ये आ गया 2.2 सेंटीमीटर ऐसे लिखा गया अपना R2 ठीक है R2 लिखो हो गया क्लियर फिर की अपने को आगा 960 प्लस 44 गुणा 121 बटा 5 प्लस देखो दो में जी 2 है गया ना ऐसे आ गया 2 ਇੱਕ ਜੀ ਇੱਥੇ ਧਿਆਨ ਰੱਖਣੀ ਸੀ ਆਪਾਂ ਇੱਥੇ ਆਣਾ ਤੁਹਾਡੇ ਕੋਲ ਮਾਈਨਸ ਠੀਕ ਹੈ ਆਹ ਚੀਜ਼ ਤੇ ਮਾਈਨਸ ਆਣਾ ਸੀ ਹੁਣ ਇੱਥੇ ਮਾਈਨਸ ਕਿਉਂ ਆਣਾ ਸੀ ਆਪਾਂ ਨਾ ਉਹਦਾ ਕਾਮਨ ਆਰ ਕੱਢਦੇ ਆ ਮਤਲਬ ਠੀਕ ਹੈ ਆ ਜਿਹਦਾ ਪਾਈ ਸੀ ਨਾ ਇਹਦੇ ਵਿੱਚੋਂ ਆਪਾਂ ਆ ਵਾਲੀ ਚੀਜ਼ ਹਟਾ ਲਈਏ ਇੱਕ ਚੀਜ਼ ਹਟਾ ਕੇ ਸਾਡੇ ਕੋਲ ਇੱਕ ਸਿੰਗਲ ਪਾਈਪ ਰਹਿ ਗਿਆ ਠੀਕ ਹੈ ਇਸ ਕਰਕੇ ਉਹਨੂੰ ਆਪਾਂ ਦੋ ਆਰ ਦੇ ਵਿੱਚੋਂ ਇੱਕ ਆਰ ਦੇ ਵਿੱਚੋਂ ਸੋਰੀ ਬਾਹਰ ਆ ਕਿਹੜਾ ਆਪਣੇ ਕੋਲ ਆ D2 ਆ ਨਾ बाहरी करना माइनस ध्यान देखो बाहर का कि बाहर चीज कि 4.4 अंदर वाली कि 4 सी ना 4 कटती अंदर वाली ਆਪਣੇ ਕੋਲ ਕਾਮਨ ਜਿਹੜਾ 2.2 ਜਿਹੜਾ ਕੋਈ 0.4 ਉਹ ਆਪਣੇ ਕੋਲ ਕਾਮਨ ਕਿਹੜਾ ਬਚ ਗਿਆ ਠੀਕ ਹੈ ਬਾਰੀ ਦੇ ਵਿੱਚੋਂ ਆਪਾਂ ਦੂਜੀ ਮਾਈਨਸ ਕਰ ਰਹੇ ਹਾਂ ਕਿ ਆ ਚੀਜ਼ ਧਿਆਨ 'ਚ ਰੱਖਣੀ ਹੈ ਠੀਕ ਹੈ ਪਹਿਲਾਂ ਮੈਂ ਪੂਰਾ ਦੱਸਿਆ ਸਾਰਾ ਕਿੱਦਾਂ ਪਲੱਸ ਹੋ ਕੇ ਬਣਨਾ ਫਿਰ ਉਹ ਦੋ ਚੱਕਰ ਮਿਲਦੇ ਉਸ ਕਰਕੇ ਆਪਾਂ ਉਹਨਾਂ ਨੂੰ ਮਾਈਨਸ ਕਰਦੇ ਹਾਂ ਇਹ ਆਪਣੇ ਕੋਲ 2/7 ਗੁਣਾ R2 ਕਿੰਨਾ ਆ ਗਿਆ 2.2 ਗੁਣਾ 2.2 4.84 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